ਆਵਾਜ਼ ਇਹ ਕੌਮ ਦਾ ਇੱਥੇ ਪਹੁੰਚਣ 'ਤੇ ਸਭ ਤੋਂ ਪਹਿਲਾਂ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕਰਦੇ ਹਾਂ ਜੀ ਐਂ ਕਹਿੰਦੇ ਹਾਂ। ਉਸ ਤੋਂ ਉਪਰੰਤ ਸਮੁੱਚੀਆਂ ਸੰਗਤਾਂ ਨੂੰ, ਨਗਰ ਨੂੰ, ਇਲਾਕੇ ਨੂੰ ਪਤਾ ਹੀ ਹੈ ਜੋ ਹਰ ਸਾਲ ਦੀ ਤਰ੍ਹਾਂ ਰਾਏਪੁਰ ਦੇ ਦਰੋਂ ਘਰੋਂ ਬਰੋਸਾਇਆ ਨਗਰ ਦੇ ਵਿੱਚ ਸ਼੍ਰੀ ਦੁਰਗਾ ਮੰਦਿਰ ਦੇ ਵਿੱਚ ਹਰ ਸਾਲ ਬੜੀ ਧੂਮ ਧਾਮ ਦੇ ਨਾਲ ਇੱਥੋਂ ਦੀ ਪ੍ਰਬੰਧਕ ਕਮੇਟੀ ਵੱਲੋਂ, ਸਾਰੇ ਹਿੰਦੂ ਵੀਰਾਂ ਵੱਲੋਂ ਰਲ ਮਿਲ ਕੇ, ਸਾਰੇ ਨਗਰ ਦੇ ਸਹਿਯੋਗ ਨਾਲ ਜੁੜਾ ਸਲਾਨਾ ਮੇਲਾ ਮਨਾਇਆ ਜਾਂਦਾ ਨਗਰ ਦੀ ਚੜ੍ਹਦੀ ਕਲਾ ਲਈ, ਇਲਾਕੇ ਦੀ ਚੜ੍ਹਦੀ ਕਲਾ ਲਈ, ਸਰਬੱਤ ਦੇ ਭਲੇ ਲਈ। ਉਸੇ ਤਹਿਤ ਕਿ ਜਿਹੜਾ ਮੇਲਾ ਸੀ 53ਵਾਂ ਮੇਲਾ ਸੀ, ਉਹਨੂੰ ਮਨਾਉਂਦੇ ਹੋਏ ਇੱਥੋਂ ਦੇ ਪ੍ਰਧਾਨ ਮੱਖਣ ਲਾਲ ਸ਼ਰਮਾ ਜੀ ਮੇਰੇ ਨਾਲ ਬੈਠੇ ਆ। ਸਾਰੀ ਪ੍ਰਬੰਧਕ ਕਮੇਟੀ ਨੇ ਰਲ ਮਿਲ ਕੇ, ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਜਿੰਨੇ ਕਲੱਬ ਹੈ, ਜਿੰਨੀਆਂ ਕਮੇਟੀਆਂ, ਸੰਸਥਾਵਾਂ, ਸਾਰਿਆਂ ਨੇ ਰਲ ਕੇ ਰੱਬੀ ਬਾਣੀ ਦੇ ਜਿਹੜੇ ਕਲਯੁੱਗ ਦੇ ਮਹਾਨ ਜਪ ਜਾਗਿਆ ਅਖੰਡ ਪਾਠ ਪ੍ਰਾਰੰਭ ਕਰਵਾਏ, ਅੱਜ ਭੋਗ ਪਏ ਹੈ। ਭੋਗ 'ਤੇ ਬੜੀ ਵੱਡੀ ਸੰਗਤਾਂ ਦਾ ਤਾਦਾਦ ਵਿੱਚ ਇਕੱਠ ਹੋਇਆ ਹੈ। ਲੰਗਰ ਗੁਰੂ ਕੇ ਵਰਤ ਰਹੇ ਹੈ, ਸਾਧੂ ਮਹਾਤਮਾ ਪਹੁੰਚੇ ਹੈ ਸਾਰੇ ਇਲਾਕੇ ਦੇ। ਉਪਰੰਤ ਸ਼੍ਰੀ ਸੋਮਨਾਥ ਜੀ ਰੋਡਿਆਂ ਵਾਲੇ ਕਵਿਸਰੀ ਯਥਾ ਸ਼ਾਮ ਤੱਕ ਉਹਨਾਂ ਨੇ ਗੁਰੂ ਇਤਿਹਾਸ ਸੁਣਾਉਣਾ ਹੈ। ਸਭ ਤੋਂ ਵੱਡਾ ਜਿਹੜਾ ਮੈਨੂੰ ਖੁਸ਼ੀ ਦੀ ਗੱਲ ਹੈ, ਮੈਂ ਆਪਣੇ ਪਿੰਡ ਦੇ ਹੀ ਸ਼੍ਰੀ ਗੁਰਦੁਆਰਾ ਸਾਹਿਬ ਦਾ ਮੈਨੂੰ ਖੁਸ਼ੀ ਹੈ, ਕੁਝ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਜਿਸ ਤਰ੍ਹਾਂ ਇੱਥੋਂ ਦੀ ਪ੍ਰਬੰਧਕ ਕਮੇਟੀ ਨੇ, ਦੇਖੋ ਪਾਵਨ ਬਾਣੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਚਰਨ ਪਵਾ ਕਰਕੇ ਸਰਬ ਸੰਦੇਸ਼ ਏਕੇ ਦਾ ਉਪਦੇਸ਼ ਦਿੱਤਾ ਹੈ। ਸਾਡੇ ਨਗਰ ਦੀ ਇਹ ਖਾਸੀਅਤ ਹੈ ਜੀ ਕਿ ਇੱਥੇ ਅਸੀਂ ਹਿੰਦੂ ਵੀਰ, ਸਿੱਖ ਵੀਰ, ਮੁਸਲਮਾਨ ਸਾਰੇ ਰਲ ਕੇ ਜੇ ਗੁਰਦੁਆਰੇ ਪ੍ਰੋਗਰਾਮ ਹੈ ਸਾਰੇ ਉੱਥੇ ਵੀ, ਜਿਸ ਤਰ੍ਹਾਂ ਅੱਜ ਮੰਦਿਰ ਦੇ ਵਿੱਚ ਪ੍ਰੋਗਰਾਮ ਹੈ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਭੋਗ ਪਏ ਹੈ ਸਾਰੇ ਗੁਰਸਿੱਖ ਵੀ ਰਲ ਮਿਲ ਕੇ, ਅਤੇ ਇਹੀ ਗੁਰਬਾਣੀ ਦਾ ਉਪਦੇਸ਼ ਹੈ, ਏਕ ਪਿਤਾ ਏਕ ਸਕੇ ਹਮ ਮੁਬਾਰਕ ਤੂੰ ਮੇਰਾ ਗੁਰਹਾਈ। ਇੱਥੋਂ ਸਾਨੂੰ ਉਪਦੇਸ਼ ਲੈਣਾ ਬਣਦਾ ਹੈ। ਮੈਂ ਸਾਰੀ ਇੱਥੋਂ ਦੀ ਸ਼੍ਰੀ ਦੁਰਗਾ ਮੰਦਿਰ ਪ੍ਰਬੰਧਕ ਕਮੇਟੀ ਦਾ, ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬੜੀ ਧੂਮ ਧਾਮ ਦੇ ਨਾਲ ਹਰ ਸਾਲ ਦੀ ਤਰ੍ਹਾਂ ਮੇਲਾ ਮਨਾਉਂਦੇ ਹੋਏ ਐਤਕੀ ਵੀ ਚੜ੍ਹਦੀ ਕਲਾ ਦੇ ਵਿੱਚ ਇਹ ਪ੍ਰੋਗਰਾਮ ਮਨਾਇਆ। ਤੁਹਾਡੀ ਸਾਰੀ ਟੀਮ ਦਾ ਧੰਨਵਾਦ ਕਰਦਾ ਇੱਥੇ ਪਹੁੰਚਣ 'ਤੇ, ਸਾਰੇ ਗ੍ਰੰਥੀ ਸਿੰਘਾਂ ਦਾ, ਸਾਰੇ ਨਗਰ ਦਾ, ਇਲਾਕੇ ਦਾ, ਜਿਨ੍ਹਾਂ ਨੇ ਤਨ ਮਨ ਧਨ ਕਰਕੇ ਸੇਵਾਵਾਂ ਨਿਭਾਈਆਂ, ਬਹੁਤ ਧੰਨਵਾਦ ਹੈ। ਮੱਖਣ ਲਾਲ ਸ਼ਰਮਾ ਜੀ ਪ੍ਰਧਾਨ ਬੈਠੇ ਆ, ਬਾਕੀ ਦੀ ਜਾਣਕਾਰੀ ਦੇਣਗੇ, ਜਿਨ੍ਹਾਂ ਨੇ ਬੜੇ ਹੀ ਸ਼ਲਾਘਾਯੋਗ ਕਦਮ ਚੁੱਕੇ ਹੈ, ਮੰਦਿਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਹੈ। ਜਿਸ ਤਰ੍ਹਾਂ ਸੀਸਾ ਤੁਸੀਂ ਲੱਗਿਆ ਵੇਖ ਰਹੇ ਹੋ, 2.5 ਲੱਖ ਦਾ ਪ੍ਰੋਜੈਕਟ ਸੀ ਇਹਨਾਂ ਨੇ ਸਾਡੇ ਕਹਿਣ 'ਤੇ ਕੁਝ ਦਿਨਾਂ ਵਿੱਚ ਹੀ ਤਿਆਰ ਕਰਤਾ, ਵੀ ਸੰਗਤ ਨੂੰ ਪਤਾ ਲੱਗ ਕੇ ਅਤੇ ਕੰਮ ਵੀ ਹੋ ਰਹੇ ਹੈ, ਅਤੇ ਸਾਡਾ ਬੜਾ ਏਕ ਹੈ, ਪਿਆਰ ਹੈ। ਅਸੀਂ ਪਾਰਟੀਆਂ ਵਾਲੀਆਂ ਤੋਂ ਉੱਪਰ ਉੱਠ ਕੇ, ਦੁਬਧਾ ਨਫ਼ਰਤ ਈਰਖਾ ਤੋਂ ਦੂਰ ਰਹਿ ਕੇ ਇੱਕ ਹੋ ਕੇ ਚੱਲਦੇ ਹਾਂ। ਇਹ ਸਾਨੂੰ ਸਹਿਯੋਗ ਦਿੰਦੇ, ਅਸੀਂ ਇਹਨਾਂ ਨੂੰ। ਇਸ ਕਰਕੇ ਸਤਿਗੁਰੂ ਦੀ ਕਿਰਪਾ ਅਰਦਾਸ ਹੈ ਸਾਰਿਆਂ ਦੇ, ਭਗਵਾਨ ਅੱਗੇ, ਵਾਹਿਗੁਰੂ ਅੱਗੇ, ਗੌਡ ਅੱਲਾ ਅੱਗੇ, ਕਿ ਅਸੀਂ ਇਸੇ ਤਰ੍ਹਾਂ ਹੀ ਮਿਲ ਕੇ ਵਹਿੰਦੇ ਰਹੀਏ, ਸਾਡੇ ਨਗਰ ਵਿੱਚ ਸਾਲਾਨਾ ਮੇਲੇ ਲੱਗਦੇ ਰਹਿਣ, ਚੜ੍ਹਦੀ ਕਲਾ ਬਣੀ ਰਹੇ। ਬੋਲਦਿਆਂ ਕੋਲੋਂ ਹੋਈਆਂ ਫੁੱਲਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਇੱਥੋਂ ਦੀ ਨਗਰ ਪੰਚਾਇਤ ਸਮੂਹ ਨਗਰ ਨਿਵਾਸੀ, ਦੁਰਗਾ ਮੰਦਿਰ ਕਮੇਟੀ, ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਸਾਡੇ ਡੇਰੇ ਨੇ, ਸਾਧੂ ਮਹਾਤਮਾ ਆਉਂਦੇ ਨੇ, ਸਮੂਹ ਕਲੱਬ ਸਾਰਿਆਂ ਵੱਲੋਂ ਇਹ ਪ੍ਰੋਗਰਾਮ ਜਿਹੜਾ ਅਸੀਂ ਹਰ ਸਾਲ ਮੇਲਾ ਮਨਾਉਂਦੇ ਹਾਂ, 53ਵਾਂ ਮੇਲਾ ਹੈ ਇਹ ਨਗਰ ਦੀ ਚੜ੍ਹਦੀ ਕਲਾ ਵਾਸਤੇ, ਅਤੇ ਸਿੱਖ ਸੰਗਤਾਂ ਦਾ ਜੋ ਪ੍ਰੋਗਰਾਮ ਹੁੰਦਾ ਹੈ ਅਸੀਂ ਉਸ ਸਮੁੱਚੇ ਢੰਗ ਨਾਲ ਸਾਰੇ ਹੀ ਨਗਰ ਨੂੰ ਰਲ ਮਿਲ ਕੇ ਮਨਾਉਂਦੇ ਹਾਂ। ਦੂਸਰੀ ਗੱਲ, ਇੱਥੇ ਸਭ ਤੋਂ ਪਹਿਲਾਂ ਬਾਬਾ ਥੇਹ ਵਾਲੇ ਜੀ ਦੀ ਸਮਾਧ ਬਣੀ, ਉਸ ਤੋਂ ਬਾਅਦ ਬਾਬਾ ਲਾਲੀ ਜੀ, ਉਸ ਤੋਂ ਬਾਅਦ ਸ਼੍ਰੀ ਦੁਰਗਾ ਮੰਦਿਰ ਕਮੇਟੀ
मतलब जाके खाने तो इट लेके आई सी वो मूर्ति स्थापन हुई नू अज 53 साल हो गए। उस तो बाद जिवें शिवजी की मूर्ति है, माता सरस्वती जी की मूर्ति है, शनि का मंदिर है, असी सारे ही मतलब नगर निवासियों ने, लाका निवासियों ने, तो सारी ही पंचायतों ने जे सहयोग नाल बनाया है। ये सर्वसांझा प्रोग्राम है, मतलब इत्थे पार्टियां बाजियां तो उपर उठ के मनाया जाता है। असी सारियां अपना कमेटियां दा और पंचायतों का इलाके के समूह नगर निवासियों का और मेरे पत्रकार वीर का जेडे साधु समाज पहुँचे है इन्हों का भी तय वालों धन्यवाद करते हैं। हर साल की तरह इस तरह असी गुरु कृपा दे नाल महामाई की शक्ति दे नाल साधु समाज की शक्ति दे नाल मनाते रहिए। इन्ना महीना होया मैं कहना महाराज आज कै वाहिगुरू जी का खालसा वाहिगुरू जी का फतेह। वाहिगुरू जी का खालसा वाहिगुरू जी की फतेह। जिमें कि साढ़े बहुत ही सत्कारयोग ग्रंथी साहब तो साढ़े दुर्गा मंदिर के प्रधान शर्मा जी ने जानकारी दी है, मैं इन्होंने एक गल दोहरा बहुत ही खुशी की गल है। मैं आके इतने बहुत माण भी महसूस होया, तो दिल में खुशी भी मिली है कि दुर्गा मंदिर के श्री अखंड पाठ साहब का पाठ से भोग पाए गए हैं। तो ये जरा इस चीज़ में एक समाजिक पक्ष तो भी देखता भी बहुत वधिया है, एक नैतिक पक्ष तो भी समाजिक पक्ष तो देख रहे हैं कि सारे इतने हिंदू सिख मुसलमान परिवार भी तो कुछ ईसाई परिवार भी इतने आए हुए, सारे धर्म के लोग इकट्ठे थे देवी मंदिर के दे नाल ही। जे आप नैतिक पक्ष तो देखते हैं तो यह भी दर्शाता है कि जो इकट्ठ से सारे का एक आ कि साडा रब एक है। तो यह दोनों नैतिक के समाजिक पक्षों तो मैं बहुत ही जरा खुशी वाली गल मानता कि सारे इकट्ठे बैठते हैं। अगे तो भी मैं अरदास करता सारा नगर इसी तरह एक होकर रहे। दोबारा फिर सारी मैं जी दुर्गा मंदिर कमेटी का गुरुद्वारा प्रबंधक कमेटी का दोवें सारिया जिन्हें भी मौजूदा सबका पंचायतों ने सारे का बहुत बहुत धन्यवाद करना। वाहेगुरू जी का खालसा वाहेगुरू जी का।